ਸਤਿ ਸ੍ਰੀ ਅਕਾਲ ਜੀ ਮੇਰੀ ਅੱਜ ਦੀ ਕਵਿਤਾ ਦਾ ਸਰਲੇਖ ਹੈ ਕਿਉਂ ਮਾਂ ਕਿਉਂ ਇਹ ਪ੍ਰਸ਼ਨ ਪੁੱਛ ਰਹੀ ਹੈ ਉਹ ਬਟਿਆ ਜਿਸ ਦੀ ਹੋਂਦ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਮਿਟਾ ਦਿੱਤੀ ਗਈ ਜੇ ਮੈਂ ਤੇਰੇ ਵਿਹੜੇ ਆਉਂਦੀ ਨੀ ਮਾਂ ਜੇ ਮੈਂ ਤੇਰੇ ਵਿਹੜੇ ਆਉਂਦੀ ਨੀ ਮਾਂ ਤੇਰੀ ਨਿੱਕੀ ਜਹੀ ਲਾਡਲੀ ਕਹਾਉਂਦੀ ਨੀ ਮਾਂ ਰੱਜੇ ਪੂਜੇ ਘਰ ਦੀ ਮੈਂ ਦੋਤਰੀ ਹੁੰਦੀ ਭਰੇ ਪੂਰੇ ਘਰ ਦੀ ਮੈਂ ਪੋਤਰੀ ਹੁੰਦੀ ਨਿੱਕੇ ਨਿੱਕੇ ਪੈਰਾਂ 'ਚ ਮੈਂ ਝਾਂਜਰਾਂ ਪਾਉਂਦੀ ਨਿੱਕੇ ਨਿੱਕੇ ਪੈਰਾਂ 'ਚ ਮੈਂ ਝਾਂਜਰਾ ਪਾਉਂਦੀ ਨਿੱਕੇ ਨਿੱਕੇ ਬੁੱਲਾ ਨਾਲ ਮੈਂ ਗੀਤ ਗਾਉਂਦੀ ਹੱਸਦੀ ਖੇਡਦੀ ਮੈਂ ਪੜਦੀ ਜਾਂਦੀ ਅੱਖ ਦੀ ਫੋਰ ਨਾਲ ਵੱਧਦੀ ਜਾਂਦੀ ਇੱਕੋ ਇੱਕ ਧੀ ਮੇਰੀ ਤੂੰ ਕਹਿ ਕੇ ਬੁਲਾਉਂਦੀ ਵੀਰਾਂ ਦੇਆਂ ਗੁੱਟਾਂ ਤੇ ਮੈਂ ਰਖੜੀ ਸਜਾਉਂਦੀ ਇੱਕ ਦਿਨ ਆਉਂਦਾ ਤੂੰ ਮੇਰਾ ਵਿਆਹ ਰਚਾਉਂਦੀ ਇੱਕ ਦਿਨ ਆਉਂਦਾ ਤੂੰ ਮੇਰਾ ਵਿਆਹ ਰਚਾਉਂਦੀ ਬਾਬਲ ਦੇ ਮਹਿਲਾਂ 'ਚੋਂ ਮੈਂ ਵਿਦਾ ਹੋ ਆਉਂਦੀ ਫੇਰ ਤਾਂ ਮਾਰਦੀ ਮੈਂ ਕਦੀ ਕਦੀ ਹੀ ਢੇੜਾ ਫੇਰ ਤਾਂ ਮਾਰਦੀ ਮੈਂ ਕਦੀ ਕਦੀ ਹੀ ਢੇੜਾ ਕਰ ਲੈਂਦੀ ਮਾਏ ਨੀ ਤੂੰ ਵੱਡਾ ਸਾਰਾ ਜੇਰਾ ਹੁੰਦੀ ਪਰ ਮੈਂ ਸਦਾ ਦੁੱਖ ਸੁੱਖ ਚ ਸਹਾਈ ਹੋਇਆ ਕੀ ਹੁੰਦਾ ਭਾਵੇਂ ਦੂਰ ਹੀ ਵਿਆਹੀ ਬਾਬਲ ਦੇ ਵੇੜੇ ਦੀਆਂ ਮੈਂ ਮੰਗਦੀ ਖਹਿਰਾ ਛੱਡ ਆਈਆਂ ਨਿਸ਼ਾਨ ਜਿੱਥੇ ਮੇਰੀਆਂ ਪਹਿੜਾਂ ਰੂਹ ਮੇਰੀ ਨੂੰ ਹੁਣ ਇੱਕੋ ਹੈ ਚੋਰਾ ਰੂਹ ਮੇਰੀ ਨੂੰ ਹੁਣ ਇੱਕੋ ਹੈ ਚੋਰਾ ਸੁਪਨਾ ਮੇਰਾ ਇਹ ਹੋਇਆ ਕਿਉਂ ਨਾ ਪੂਰਾ ਕਿਦੀ ਸੀ ਅਗਵਾਈ ਏ ਕਿਦੀ ਅੱਗ ਲਾਈ ਕਿਦੀ ਸੀ ਅਗਵਾਈ ਏ ਕਿਦੀ ਅੱਗ ਲਾਈ ਕਿਤੇ ਪਿੱਛੇ ਲੱਗ ਕੇ ਤੂੰ ਸੁਣੀ ਨਾ ਦੁਹਾਈ ਕਿਤੇ ਪਿੱਛੇ ਲੱਗ ਸੁਣੀ ਮੇਰੀ ਨਾ ਦੁਹਾਈ ਮਾਂ ਤੇ ਧੀ ਦੀ ਤਾਂ ਇੱਕ ਗੱਲ ਹੁੰਦੀ ਮਾਂ ਤੇ ਧੀ ਦੀ ਤਾਂ ਇੱਕ ਗੱਲ ਹੁੰਦੀ ਇਹ ਗੱਲ ਤੈਨੂੰ ਕਿਉਂ ਸਮਝ ਨਾ ਆਈ ਆਉਣ ਤੋਂ ਪਹਿਲਾਂ ਹੀ ਮੇਰੀ ਆਮਦ ਮੁਕਾਈ ਆਉਣ ਤੋਂ ਪਹਿਲਾਂ ਹੀ ਮੇਰੀ ਆਮਦ ਮੁਕਾਈ ਕਿਉਂ ਮਾਂ ਕਿਉਂ ਇਹ ਸਮਝ ਨਾ ਆਈ ਕਿਉਂ ਮਾਂ ਕਿਉਂ ਇਹ ਸਮਝ ਨਾ ਆਈ ਇਹ ਸਮਝ ਨਾ ਆਈ ਧੰਨਵਾਦ